ਲੋ ਜੀ ਇਹ ਜੀ ਹਿਮੋਸਪਾਰਕ ਕੰਪਨੀ ਦੀ ਹਿਮੋਗਲੋਬਿਨ ਚੈੱਕ ਕਰਨ ਵਾਲੀ ਕਿੱਟ ਇਸ ਨੂੰ ਆਪਾਂ ਅੱਜ ਚੈੱਕ ਕਰਕੇ ਦੇਖਦੇ ਹਾਂ ਐਚਬੀ ਵੀ ਕਿੱਦਾਂ ਯੂਜ਼ ਹੁੰਦੀ ਹੈ ਇਹ ਕਿੱਟ ਮਸ਼ੀਨ ਤੇ ਇਸ ਮੀਟਰ ਦੇ ਵਿੱਚ ਆਪਾਂ ਨੇ ਬੈਟਰੀ ਨੂੰ ਇੰਸਟਾਲ ਕਰ ਲੈਣਾ ਇਹ ਬੈਟਰੀ ਚਾਰਜੇਬਲ ਹੈ ਜੀ ਚਾਰਜ ਹੁੰਦੀ ਹੈ ਜੀ ਚਾਰਜਰ ਇਸ ਦੇ ਨਾਲ ਦਿੱਤਾ ਹੋਇਆ ਹੈ ਇਸ ਨੂੰ ਪ੍ਰੈਸ ਕਰਕੇ ਆਨ ਕਰ ਲੈਣਾ ਲੋ ਜੀ ਉਸ ਦੀ ਹੁਣ ਗ੍ਰੀਨ ਕਲਰ ਦੀ ਲਾਈਟ ਬਲਿੰਕ ਹੋਣ ਲੱਗ ਗਈ ਆ ਹਰੇ ਰੰਗ ਵਾਲੀ ਲਾਈਟ ਇਸ ਦੇ ਨਾਲ ਇੱਕ ਚਿਪ ਦਿੱਤੀ ਹੋਈ ਆ ਇਸ ਨੂੰ ਚਿਪ ਨੂੰ ਅਗਰ ਲਗਾਉਗੇ ਮਸ਼ੀਨ ਤਾਂ ਹੀ ਵਰਕ ਕਰੂਗੀ ਇਹ ਚਿਪ ਦਾ ਕੋਡ 507 ਆ ਜੀ ਇਹ ਮਸ਼ੀਨ ਦੇ ਵਿੱਚ ਸ਼ੋਅ ਕਰ ਜਾਂਦਾ ਉਸਤੇ ਵਾਰ ਇਹ ਯੂਜ਼ ਹੁੰਦੀ ਆ ਆ ਲੋ ਜੀ ਇਸ ਨੂੰ ਇੱਥਾਂ ਲਗਾ ਲੈਣਾ ਉੱਪਰ ਵਾਲੀ ਸਾਈਡ ਤੇ ਦੇਖੋ 507 ਚਿਪ ਕੋਡ ਆ ਗਿਆ ਇਹ ਚਿਪਰ ਤਾਂ ਹੁੰਦੀ ਆ ਜੀ ਆਪਾਂ ਬਾਅਦ ਵਿੱਚ ਕੰਪਿਊਟਰ ਵਿੱਚ ਲਗਾ ਕੇ ਅਗਰੇ ਡਾਟਾ ਕੱਢਣਾ ਹੋਵੇ ਆ ਲੋ ਜੀ ਇਸ ਦੀ ਨੀਡਲ ਨੀਡਲ ਨੂੰ ਇਸ ਤਰ੍ਹਾਂ ਤੁਸੀਂ ਓਪਨ ਕਰ ਦੇਣਾ ਤੇ ਇਸ ਦੇ ਕੈਪ ਨੂੰ ਓਪਨ ਕਰਕੇ ਵਿੱਚ ਨੀਡਲ ਆਪਾਂ ਇੰਸਟਾਲ ਕਰ ਲੈਣੀ ਤੇ ਇਸ ਨੂੰ ਥੋੜਾ ਪ੍ਰੈਸ ਕਰ ਲੈਣਾ ਅੰਦਰ ਨੂੰ ਪ੍ਰੈਸ ਕਰ ਦੇਣਾ ਤੇ ਉੱਪਰ ਉਹ ਕੈਪ ਲਗਾ ਕੇ ਕੈਪ ਦੇ ਉੱਪਰ ਕੁਝ ਪੁਆਇੰਟ ਦਿੱਤੇ ਹੋਏ ਆ ਜਿਹੜੇ ਆਪਾਂ ਘੁਮਾ ਕੇ ਐਡਜਸਟ ਕਰਨੇ ਆ 1 2 3 4 ਇਦਾਂ ਕਰਕੇ ਨੇ ਇਸ ਨੂੰ ਇੱਕ ਜਗ੍ਹਾ ਤੇ ਪ੍ਰੈਸ ਸੈੱਟ ਕਰ ਲਓ ਗਰ ਮੋਟੀ ਸਕੀਨਾਂ ਤਾਂ 3-4 ਕਰ ਲਓ ਗਰ ਪਤਲੀ ਸਕੀਨਾਂ 2 ਕਰ ਲਓ ਵੈਸੇ 2 ਵੈਟਰ ਰਹਿੰਦਾ 2 ਤੇ ਕਰ ਲਓ ਸੈੱਟ ਤੇ ਬਟਨ ਉੱਪਰ ਉਂਗਲੀ ਦੇ ਚੰਗੀ ਤਰ੍ਹਾਂ ਨਾਲ ਪ੍ਰੈਸ ਕਰਕੇ ਬਟਨ ਦਬਾਣਾ ਇਹ ਦੇਖੋ ਜੀ ਨਿਕਲ ਚੁੱਕਿਆ ਬਲੱਡ ਹੁਣ ਸਟ੍ਰਿਪ ਤੁਸੀਂ ਡੱਬੀ ਵਿੱਚੋਂ ਕੱਢਣੀਆਂ ਜੋ ਡੈਮੋ ਸਟ੍ਰਿਪਾਂ ਤੇ ਨਾਲ ਦਿੱਤੀਆਂ ਹੋਈਆਂ ਉਹ ਨਹੀਂ ਯੂਜ਼ ਕਰਨੀਆਂ ਧਿਆਨ ਰੱਖਣਾ ਇਹ ਡੱਬੀ ਵਿੱਚੋਂ ਕੱਢ ਕੇ ਹੀ ਯੂਜ਼ ਕਰਨੀਆਂ ਤਾਂ ਹੀ ਚੱਲੇਗੀ ਇਹ ਗੋਲ ਪੁਆਇੰਟ ਜੋ ਨੀਚੇ ਦਿੱਤਾ ਹੋਇਆ ਉਹ ਨੀਚੇ ਰੱਖਣਾ ਉੱਪਰ ਇੱਕ ਹੋਲ ਆ ਉਹ ਮਸ਼ੀਨ ਦੇ ਵਿੱਚ ਇਸ ਤਰ੍ਹਾਂ ਫਸਾ ਲੈਣਾ ਚੰਗੀ ਤਰ੍ਹਾਂ ਨਾਲ ਤੇ ਜੋ ਲਾਲ ਲਾਈਨਾਂ ਨੇ ਇਸ ਦੇ ਵਿੱਚ ਬਲੱਡ ਲਗਾਣਾ ਤੇ ਬਲੱਡ ਉਹ ਸੋਖ ਲਏਗੀ ਉਸੇ ਚੰਗੀ ਤਰ੍ਹਾਂ ਸਟ੍ਰਿਪ ਨੇ ਬਲੱਡ ਸੋਖ ਲੈਣਾ ਤੇ ਪ੍ਰੋਸੈਸਿੰਗ ਹੋਣ ਲੱਗ ਜਣੀ ਤੇ ਧਿਆਨ ਰੱਖਣਾ ਇਸ ਸਟ੍ਰਿਪ ਦੇ ਉੱਪਰ ਇੱਕ ਬਿੰਦੀ ਟਾਈਪ ਦਾ ਨਿਸ਼ਾਨ ਬਣਿਆ ਹੋਇਆ ਉਹ ਨੀਚੇ ਰੱਖਣਾ ਹਰੀ ਲਾਈਟ ਵਾਲੀ ਸਾਈਡ ਤੇ ਸੁੱਕਨੇ ਵਾਲਾ ਪੁਆਇੰਟ ਉੱਪਰ ਰੱਖਣਾ ਥੋੜਾ ਟਾਈਮ ਲੇ ਲੀਏ ਪ੍ਰੋਸੈਸਿੰਗ ਨੂੰ ਜਿਹੜੀ ਨਾਲ ਤਿੰਨ ਸਟ੍ਰੀਪਾਂ ਦਿੱਤੀਆਂ ਹੋਈਆਂ ਉਹ ਨਹੀਂ ਯੂਜ਼ ਕਰ ਰਹੀਆਂ ਦੇਖੋ 12.5 ਆ ਚੁੱਕਿਆ ਬਲੱਡ ਹਿਮੋਗਲੋਬਿਨ ਤੇ ਸਟ੍ਰੀਪ ਆਪਾਂ ਨੇ ਕੱਢ ਲੈਣੀ ਆ ਇਹ ਦੇਖੋ ਬਿੰਦੀ ਦਿੱਤੀ ਹੋਈ ਹੈ ਇਹ ਨਖੜੀਆਂ ਸੌਰੀ ਇਹ ਹਰੀ ਲਾਈਟ ਦੇ ਉੱਪਰ ਤੇ ਆਪਾਂ ਨੇ ਨੀਡਲ ਵੀ ਕੱਢ ਲੈਣੀ ਆ ਬਾਅਦ ਚੋਂ ਤੇ ਨਾਲ ਚਾਰਜਰ ਦਿੱਤਾ ਹੋਇਆ ਚਾਰਜ ਕਰਨੇ ਵਾਸਤੇ ਚਾਰਜ ਕਰ ਸਕਦੇ ਹੋ ਇਸ ਵੀ ਕੋਡ ਆਈ ਤੇ ਜਿਹੜੇ ਉੱਪਰ ਵਾਲੇ ਬਟਨ ਹੈ ਅੱਗੇ ਪਿੱਛੇ ਕਰਕੇ ਡਾਟਾ ਤੁਸੀਂ ਦੇਖ ਸਕਦੇ ਹੋ ਫਿਰ ਤੁਹਾਨੂੰ ਫਿਰ ਦੱਸਣਾ ਜੋ ਬਿੰਦੀ ਆ ਨਾ ਜੀ ਵਾਈਟ ਕਲਰ ਦੀ ਉਹ ਹਰੇ ਰੰਗ ਦੇ ਉੱਪਰ ਰੱਖਣੀ ਹੈ ਲਾਈਟ ਦੇ ਉੱਪਰ ਇਹ ਕੀਟਾ ਜੀ ਹਿਮੋਸਪਾਰਕ ਦੀ ਧੰਨਵਾਦ ਜੀ